ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕੂ ਜਿਹੜਾ ਪ੍ਰਦਰਸ਼ਨ ਆ ਕੀਤਾ ਜਾ ਰਿਹਾ 12 ਵਜੇ ਤੋਂ 4 ਵਜੇ ਤੱਕ ਸਾਰੀਆਂ ਰੇਲਾਂ ਨੇ ਉਹ ਰੁਕਣਗੀਆਂ ਅਤੇ ਹੁਣ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਹਾਂ। ਉਗਰਾਹਾਂ ਸਾਹਿਬ ਕਿਸ ਤਰੀਕੇ ਨਾਲ ਦੇਖਦਾ ਅੱਜ ਵੱਡਾ ਪ੍ਰਦਰਸ਼ਨ ਆ, ਰੇਲਾਂ ਰੋਕੀਆਂ ਹੋਈਆਂ ਨੇ ਸਾਰੀਆਂ? ਦੇਖੋ ਇਹ ਇਹ ਸੱਦਾ ਹੈਗਾ ਉਹਨਾਂ ਜਥੇਬੰਦੀਆਂ ਦਾ ਜਿਹੜੀਆਂ ਖਨੌਰੀ ਅਤੇ ਸੰਭੂ ਬੈਠੀਆਂ ਨੇ ਉਹਨਾਂ ਦੀ ਕਾਲ 'ਤੇ ਅਸੀਂ ਤਾਲਮੇਲ ਮੈਂ ਐਕਸ਼ਨ ਕੀਤਾ ਉਹਨਾਂ ਨਾਲ। ਪੰਜਾਬ ਦੀਆਂ 5 ਜਥੇਬੰਦੀਆਂ ਨੇ ਅੱਜ ਤਕਰੀਬਨ 10 ਥਾਵਾਂ 'ਤੇ ਰੇਲਾਂ ਰੋਕੀਆਂ ਨੇ ਅਤੇ ਅਸੀਂ ਉਹ ਮੰਗਾਂ ਉਹੀ ਨੇ, ਜਬਰ ਉਹੀ ਸਰਕਾਰ ਦਾ ਜਿਹੜਾ ਜਬਰ ਕੀਤਾ, ਅਤਰੂ ਗਾਇ ਦੇ ਗੋਲੇ ਸਿੱਟ ਕੇ ਬੰਦੇ ਜ਼ਖਮੀ ਕੀਤੇ ਨੇ, ਇੱਕ ਨੌਜਵਾਨ ਨੂੰ ਸ਼ਹੀਦ ਵੀ ਕੀਤਾ, ਬਾਕੀ ਦਿੱਲੀ ਮੋਰਚੇ ਨੇ ਰਹਿ ਰਹੀਆਂ ਜਿਹੜੀਆਂ ਮੰਗਾਂ ਨੇ ਉਹ ਸਾਰੀਆਂ ਉਹਨਾਂ ਦੇ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ। ਇਸ ਤਰੀਕੇ ਨਾਲ ਦੇਖਦੇ ਪ੍ਰਦਰਸ਼ਨ ਚੱਲ ਰਹੇ ਆ, 13 ਫਰਵਰੀ ਤੋਂ ਕਿਸਾਨ ਜਿਹੜੇ ਹੈਗੇ ਨੇ ਉੱਥੇ ਬੈਠੇ ਨੇ, ਪਰ ਕਿਤੇ ਨਾ ਕਿਤੇ ਕੋਈ ਜਿਹੜਾ ਤਾਲਮੇਲ ਆ ਉਹ ਨਹੀਂ ਸਰਕਾਰ ਦੇ ਨਾਲ ਬਣ ਰਿਹਾ। ਕਈ ਮੀਟਿੰਗਾਂ ਹੋ ਚੁੱਕੀਆਂ ਨੇ, ਹੁਣ ਇੱਕ ਵੱਡਾ ਜਿਹੜੀ ਮੰਗ ਸੀ ਕਿਸਾਨਾਂ ਦੀ MSP ਦੇ ਉੱਪਰ, ਉਹਦੇ ਉੱਪਰ ਸਰਕਾਰ ਨੇ 5 ਸਾਲ ਦੇ ਲਈ 5 ਫਸਲਾਂ ਦੇ ਉੱਪਰ MSP ਦਿੱਤੀ ਆ। ਤੁਸੀਂ ਵੀ ਕਿਤੇ ਨਾ ਕਿਤੇ ਕਈ ਮੀਟਿੰਗਾਂ ਦੇ ਵਿੱਚ ਬੈਠੇ ਹੋ ਪਹਿਲਾਂ, ਕਈ ਇਸੇ ਮੰਗ ਨੂੰ ਲੈ ਕੇ ਕਈ ਵਾਰ ਮੀਟਿੰਗਾਂ ਹੋਈਆਂ ਨੇ, ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਿਲਕੁਲ ਇਹ ਗੋਂਗਲਾਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੈ, ਨਾ ਮਨਜ਼ੂਰ ਹੈ। ਇਸ ਤਰ੍ਹਾਂ ਇਹ ਕਹਿਣਾ ਵੀ 5 ਸਾਲਾਂ ਵਾਸਤੇ ਅਸੀਂ ਇਸਨੂੰ MSP ਦੇ ਤਾ 5 ਸਾਲਾਂ ਵਾਸਤੇ, ਇਹ ਬਿਲਕੁਲ ਠੀਕ ਨਹੀਂ। ਤੁਸੀਂ MSP ਦੀ ਗਰੰਟੀ ਕਾਨੂੰਨ ਵਾਸਤੇ ਕਿਹੜੇ ਕਦਮ ਚੱਕੇ ਆ? 23 ਫਸਲਾਂ ਦੀ ਗੱਲ ਕਰਦੇ ਹਾਂ, ਤੁਸੀਂ 5 ਫਸਲਾਂ ਦੀ ਗੱਲ ਕਰਦੇ ਹੋ, ਇਹ ਗੱਲ ਨੈਗੇਟਿਵ ਹੈ। ਸਰਕਾਰ ਪੋਜੀਟਿਵ ਤਰੀਕੇ ਨਾਲ ਸੋਚੇ, ਸਾਡਾ ਕੰਮ ਹੈ ਅੰਦੋਲਨ ਕਰਨਾ, ਸਰਕਾਰ ਦਾ ਕੰਮ ਹੈ ਉਹਦੇ ਬਾਰੇ ਉਹਦਾ ਸਮੱਸਿਆ ਦਾ ਹੱਲ ਕੱਢਣਾ। ਇਸ ਕਰਕੇ ਹੱਲ ਕੱਢਣ ਦਾ ਕੰਮ ਹੈ ਜਿਹੜਾ ਪ੍ਰੋਸੈਸ ਹੈ ਉਹ ਲੋਕ ਸਰਕਾਰ ਨੂੰ ਤਿੱਖਾ ਕਰਨਾ ਚਾਹੀਦਾ, ਤੇਜ਼ ਕਰਨਾ ਚਾਹੀਦਾ ਅਤੇ ਇਹ ਪੋਜ਼ਿਟਿਵ ਹੱਲ ਕੱਢਣਾ ਚਾਹੀਦਾ ਜਿਹਦੇ 'ਤੇ ਕਿਸਾਨ ਸੰਤੁਸ਼ਟ ਹੋ ਸਕੇ। ਹੱਲ ਕਿਵੇਂ ਦੇਖਦੇ ਹੋ, ਹੱਲ ਨਿਕਲੂਗਾ ਕਿਵੇਂ? ਕਿਉਂਕਿ ਇਹੀ ਮੰਗਾਂ ਨੂੰ ਲੈ ਕੇ ਪਹਿਲਾਂ 2020 'ਚ ਪ੍ਰਦਰਸ਼ਨ ਹੋਏ ਨੇ, ਦਿੱਲੀ ਬੈਠੇ ਰਹੇ ਹੋ ਲੰਬਾ ਸਮਾਂ, ਹੁਣ ਫਿਰ ਕਈ ਜਥੇਬੰਦੀਆਂ ਉੱਥੇ ਬੈਠੀਆਂ ਨੇ, ਪਰ MSP ਦਾ ਰੇਟ ਘੱਟ ਕਿਤੇ ਨਾ ਕਿਤੇ ਨਹੀਂ ਕਲੀਅਰ ਹੋ ਰਿਹਾ। ਸਰਕਾਰ ਨੇ ਹੁਣ ਆਫਰ ਦਿੱਤੀ ਹੈ, ਲੱਗਦਾ ਵੀ ਗੱਲਬਾਤ ਕਰੀਏ ਤਾਂ ਹੋ ਸਕਦਾ ਕੋਈ ਹੱਲ ਇਸ ਪੱਧਰ ਦੇ? ਬਹੁਤ ਗੁੰਝਲਦਾਰ ਗੱਲਾਂ ਨੇ ਜਿਹੜੀਆਂ ਸਰਕਾਰ ਕਰਦੀ ਹੈ। MSP ਜਾਰੀ ਦੇਵਾਂਗੇ, MSP ਦੇ ਰਹੇ ਹਾਂ, MSP ਜਾਰੀ ਰਹੇਗੀ। ਪਹਿਲਾਂ ਵੀ MSP ਦਾ ਮਤਲਬ ਕੀ ਹੈ? ਜੇ MSP ਦੇਤੀ ਤੁਸੀਂ ਸਰਕਾਰੀ ਖਰੀਦ ਨਾ ਹੋਈ, ਇਹਦਾ ਕੀ ਅਰਥ ਹੈ? ਜੇ PDS ਨਹੀਂ ਹੈਗੀ, ਜਨਤਕ ਵੰਡ ਪ੍ਰਣਾਲੀ ਨਹੀਂ ਹੈ, ਇਹਦਾ ਕੀ ਮਤਲਬ ਹੈ? ਜੇ ਸਰਕਾਰੀ ਭੰਡਾਰ ਹੀ ਤੁਹਾਡੇ ਹੈਗੇ ਨਹੀਂ, ਇਹਦਾ ਕੀ ਮਤਲਬ ਹੈ? ਸਰਕਾਰੀ ਖਰੀਦ ਹੀ ਹੈ ਨਹੀਂ, ਇਹਦਾ ਕੋਈ ਮਤਲਬ ਨਹੀਂ। ਇਸ ਕਰਕੇ ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ, ਲੋਕ ਗਮਰਾਹ ਹੋ ਜਾਂਦੇ ਜੀ 5 ਫਸਲਾਂ ਤਾਂ MSP ਦੇਤੀ, MSP ਨੂੰ ਤੁਸੀਂ ਕੀ ਕਰੋਗੇ? MSP ਦੀ ਗਰੰਟੀ ਕਰੋਗੇ ਕਿ ਤੁਹਾਡੇ ਨਾਲ ਵਾਧੇ ਘਾਟੇ ਨਹੀਂ ਹੋਣਗੇ, ਤੁਹਾਡੀਆਂ ਫਸਲਾਂ ਇਸ ਰੇਟ ਤੋਂ ਘੱਟ ਨਹੀਂ ਖਰੀਦੀਆਂ ਜਾਣਗੀਆਂ, ਇਹਨਾਂ ਦੇ ਜੇ ਖਰੀਦੀਆਂ ਜਾਣਗੀਆਂ ਇਹਦੀ ਭਰਪਾਈ ਜੇ ਕਰੂਗੀ ਤਾਂ ਸਰਕਾਰ ਕਰੂਗੀ। ਬਹੁਤ ਸਾਰੀਆਂ ਮੰਗਾਂ ਇਸ ਕਰਕੇ ਨੇ, ਫਸਲੀ ਬੀਮਾ ਯੋਜਨਾ ਦੀ ਗੱਲ ਕਰਦੇ ਹਾਂ, MSP ਦੀ ਗਰੰਟੀ ਕਾਨੂੰਨ ਦੀ ਗੱਲ ਕਰਦੇ ਹਾਂ, ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਦੇ ਹਾਂ। ਸਵਾਮੀਨਾਥਨ ਦੀ ਰਿਪੋਰਟ ਦੇ ਮੁਤਾਬਕ C+2+50+ ਸਰਕਾਰੀ ਖਰੀਦ ਦੀ ਗਰੰਟੀ ਕਾਨੂੰਨ ਦੀ ਗੱਲ ਕਰਦੇ ਹਾਂ, ਇਹਨਾਂ ਦੀ ਗੱਲ ਕਰਕੇ ਤੁਸੀਂ ਅੱਗੇ ਵਧੋ। ਪਰ ਹੁਣ ਹੱਲ ਕਿਵੇਂ ਨਿਕਲੂਗਾ? ਸਮਾਂ ਥੋੜ੍ਹਾ ਰਹਿ ਗਿਆ, ਲੋਕ ਸਭਾ ਜਿਹੜੇ ਚੋਣਾਂ ਨੇ ਉਹ ਆ ਸਕਦੇ, ਉਹ ਮਤਲਬ ਬਿਲਕੁਲ ਸਿਰ ਦੇ ਉੱਪਰ ਨੇ, ਕੀ ਤੁਹਾਡਾ ਲੱਗਦਾ ਰਣਨੀਤੀ ਕੀ ਹੈ ਵੀ ਜਿਹੜੀ ਸਰਕਾਰ ਦੇ ਨਾਲ ਕੋਈ ਨੌਕਰੀ ਜਿਹੜਾ ਹੈਗਾ ਸਮਝੌਤਾ ਹੋਵੇ ਜਾਂ ਗੱਲਬਾਤ ਹੋਵੇ ਜਾਂ ਮੰਗਾਂ ਮੰਨੀਆਂ ਜਾ ਸਕਣ? ਸਮਾਂ ਥੋੜ੍ਹਾ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਲੈਣਾ ਦੇਣਾ? ਸਮਾਂ ਥੋੜ੍ਹਾ ਉਹਨਾਂ ਦਾ ਹੋਣਾ ਨਾ, ਅਸੀਂ ਨਹੀਂ ਕਿਹੜਾ ਚੋਣਾਂ ਲੜਨੀਆਂ ਨੇ, ਲੋਕ ਸਭਾ ਦੇ ਵਿੱਚ ਉਹਨਾਂ ਨੇ ਜਾਣਾ ਹੈ, ਇਦੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋ ਕੇ ਉਹ ਪਿੰਡਾਂ 'ਚ ਆਉਣਗੇ ਨਾ, ਅਸੀਂ ਪਿੰਡਾਂ 'ਚ ਉਹਨਾਂ ਦਾ ਸਵਾਲ ਕਰਾਂਗੇ ਵੀ ਭਾਈ ਦੱਸੋ ਤੁਸੀਂ ਹੁਣ ਤੱਕ ਸਾਡੇ ਹੱਦਾਂ 'ਤੇ ਬੈਠ ਕੇ ਆਏ ਹਾਂ, ਅਸੀਂ ਇੰਨਾ ਚਿਰ ਬੈਠੇ ਰਹੇ ਹਾਂ, ਤੁਸੀਂ ਸਾਡੀ ਗੱਲ ਕਾਹਤੋਂ ਨਹੀਂ ਸੁਣਦੇ? ਤੁਸੀਂ ਸਰਕਾਰ ਬਣਾ ਕੇ ਕੀ ਸੁਣਨਾ ਜਦੋਂ ਹੁਣ ਨਹੀਂ ਸੁਣ ਰਹੇ? ਤੁਸੀਂ ਵੋਟ ਉਹਨਾਂ ਨੇ ਵੋਟਾਂ ਲੈਣ ਆਉਣਾ, ਅਸੀਂ ਉਹਨਾਂ ਨੂੰ ਸਵਾਲ ਪੁੱਛਣਾ, ਅਸੀਂ ਉਹਨਾਂ ਨੂੰ ਘਿਰਾਓ ਕਰਾਂਗੇ, ਅਸੀਂ ਉਹਨਾਂ ਦੇ ਰੈਲੀਆਂ 'ਚ ਵਿਰੋਧ ਕਰਾਂਗੇ, ਇਹ ਗੱਲਾਂ ਤਾਂ ਸਾਨੂੰ ਕੌਣ ਰੋਕ ਦੂਗਾ? ਅਸੀਂ ਤਾਂ ਵੋਟਾਂ ਮੰਗਣੀਆਂ ਨਹੀਂ, ਵੋਟਾਂ ਤਾਂ ਉਹਨਾਂ ਨੇ ਮੰਗਣੀਆਂ ਨੇ, ਜਿਨ੍ਹਾਂ ਲੋਕਾਂ ਦੇ ਵਿੱਚੋਂ 5 ਸਾਲਾਂ ਬਾਅਦ ਜਾਣਗੇ ਅਸੀਂ ਤਾਂ ਉਹਨਾਂ ਨੂੰ ਦੱਸਾਂਗੇ ਵੀ ਤੁਹਾਡੇ ਨਾਲ ਕਿਹੜੇ ਕਿਹੜੇ ਧੱਕੇ ਕੀਤੇ ਨੇ।
ਪਰ ਜਿਹੜੇ ਗੈਰ ਰਾਜਨੀਤਿਕ ਜਥੇਬੰਦੀਆਂ ਹੈਗੀਆਂ ਨੇ ਬਾਰਡਰਾਂ ਤੇ ਬੈਠੀਆਂ ਨੇ, ਉਹਨਾਂ ਦਾ ਹੁਣ ਕਿਸ ਤਰੀਕੇ ਨਾਲ ਦੇਖਦੇ ਹੋ? ਕਿਉਂਕਿ ਕਿਤਨਾ ਕਿਤੇ ਕਈ ਵਾਰ ਐਲਾਨ ਕਰਤਾ, ਇੱਕ ਵਾਰ ਹੁਣ ਜਿਵੇਂ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਬੱਸਾਂ 'ਚ ਟ੍ਰੇਨਾਂ 'ਚ ਜਾਵਾਂਗੇ, ਜਾਂ ਕਿਤਨਾ ਕਿਤੇ ਕੀ ਦੇਖਦੇ ਹੋ ਵੀ ਪ੍ਰਦਰਸ਼ਨ ਕਿਸ ਤਰੀਕੇ ਨਾਲ ਹੋਣਾ ਚਾਹੀਦਾ? ਕਿਉਂਕਿ ਮੰਗਾਂ ਸਾਰੀਆਂ ਹੋਈਆਂ ਨੇ, ਲੜਾਈ ਤੁਹਾਡੀ ਵੀ ਉਹੀ ਹੈ, ਲੜਾਈ ਉਹਨਾਂ ਦੀ ਵੀ ਉਹੀ ਆ। ਲੜਨ ਦਾ ਤਰੀਕਾ ਹਰ ਇੱਕ ਦਾ ਵੱਖਰਾ ਵੱਖਰਾ, ਮਸਲੇ ਨੂੰ ਮੰਗਣ ਦਾ ਤਰੀਕਾ ਹਰ ਇੱਕ ਦਾ ਵੱਖਰਾ ਵੱਖਰਾ, ਲੜਾਈ ਨੂੰ ਕਿਹੜੇ ਤਰੀਕੇ ਨਾਲ, ਕਿੰਨੀ ਲੰਮੀ, ਕਿੱਥੇ ਲੜਨਾ, ਇਹ ਤਰੀਕਾ ਹਰ ਇੱਕ ਦਾ ਵੱਖਰਾ ਵੱਖਰਾ, ਨਾਲੇ ਕਰਨ ਦਾ ਇਹ ਅਖਤਿਆਰ ਹਰ ਇੱਕ ਕੋਲ ਹੈ। ਹਰ ਇੱਕ ਆਪਣੇ ਦਿਮਾਗ ਅਤੇ ਦਿਲ ਦੇ ਨਾਲ ਜਿਹੜੀ ਜੀ ਸਮਝ ਹੈ ਉਹਦੀ, ਆਪਦੇ ਸਿਧਾਂਤ ਮੁਤਾਬਕ ਲੜਾਈ ਲੜ। ਉਹਨਾਂ ਨੇ ਕਹੀ ਜੀ ਲੜਾਈ ਲੜਨੀ ਹੈ, ਇਹ ਉਹਨਾਂ ਦਾ। ਉਹਨਾਂ ਨੇ ਦਿੱਲੀ ਵਿੱਚ ਦੁਬਾਰੇ ਮੋਰਚਾ ਲਾਉਣ ਦਾ ਫੈਸਲਾ ਉਹਨਾਂ ਦਾ, ਸਾਡਾ ਫੈਸਲਾ ਨਹੀਂ ਬਣਿਆ ਕਦੇ ਵੀ ਦਿੱਲੀ 'ਚ ਦੁਬਾਰੇ 20 ਵਾਲੀ ਤਰਜ਼ 'ਤੇ ਕੋਈ ਮੋਰਚਾ ਲਾ ਕੇ ਲੜਾਈ ਲੜੀ ਜਾ ਸਕਦੀ ਹੈ। ਇਹ ਫੈਸਲਾ ਉਹਨਾਂ ਦਾ, ਜਿਹਦੇ ਕਰਕੇ ਸਵਾਲ ਉੱਠਦੇ ਨੇ ਵੀ ਤੁਸੀਂ ਦਿੱਲੀ ਮੋਰਚੇ 'ਚ ਨਹੀਂ ਜਾਂਦੇ, ਤੁਸੀਂ ਉਹਨਾਂ ਨਾਲ ਕਾਹਤੋਂ ਨਹੀਂ ਜਾਂਦੇ? ਇਹ ਸਵਾਲਾਂ ਦਾ ਇਹ ਜਵਾਬ ਹੈ ਵੀ ਇਹ ਸਾਡਾ ਪ੍ਰੋਗਰਾਮ ਨਹੀਂ ਕਿ ਦਿੱਲੀ ਦੇ ਵਿੱਚ 20 ਵਾਲੀ ਤਰਜ਼ 'ਤੇ ਕੋਈ ਦੂਜਾ ਮੋਰਚਾ, ਕੋਈ 2-4 ਜਥੇਬੰਦੀਆਂ ਲਾ ਕੇ ਲੜ ਲੈਣ ਜਾਂ ਜਿੱਤ ਜਾਣ। ਇਹ ਸਾਡੇ ਵਾਸਤੇ ਹੈ ਵੀ ਇਹ ਸੰਭਵ ਹੈ, ਅਸੀਂ ਇਹਨੂੰ ਵੱਡੀ ਲੜਾਈ ਮੰਨਦੇ ਹਾਂ, ਇਹ ਸੰਭਵ ਨਹੀਂ ਹੈ। ਇਸ ਕਰਕੇ ਇਹ ਉਹਨਾਂ ਦਾ ਦਿੱਤਾ ਪ੍ਰੋਗਰਾਮ ਹੈ, ਉਹੀ ਦੱਸ ਸਕਦੇ ਨੇ ਵੀ ਇਹਨੂੰ ਗਾਂ ਕਿੱਧਰ ਤੁਰਨਾ, ਕਹੀ ਜੀ ਦਿਸ਼ਾ 'ਚ ਲੈ ਕੇ ਜਾਣਾ, ਉਹਨਾਂ ਕੋਲ ਅਧਿਕਾਰ ਖੇਤਰ ਹੈ। ਅਸੀਂ ਤਾਂ ਸਮਰਥਨ ਦੇ ਤੌਰ 'ਤੇ ਜਿਹੜੀਆਂ ਸਾਨੂੰ ਜਾਇਜ਼ ਗੱਲਾਂ ਲੱਗਦੀਆਂ ਨੇ ਸਰਕਾਰ ਦੇ ਧੱਕੇ ਦੇ ਖਿਲਾਫ਼, ਉਹ ਪ੍ਰਦਰਸ਼ਨਾਂ ਦੇ ਵਿੱਚ ਪਹਿਲਾਂ ਵੀ ਸ਼ਾਮਿਲ ਸੀ, ਹੁਣ ਵੀ ਰਹਾਂ। ਗ੍ਰਹਿ ਸਾਹਿਬ ਸਮਰਥਨ ਕਰ ਰਹੇ ਹੋ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੁਸੀਂ, ਪਰ ਇੱਕ ਜਿਵੇਂ ਐਕਸਪੀਰੀਅੰਸ ਆ ਤੁਹਾਨੂੰ ਉਸ ਚੀਜ਼ ਦੇ ਲਈ, ਇੱਕ ਸਿਰਫ ਸਵਾਲ ਪੁੱਛ ਰਿਹਾ ਕਿ ਲੱਗਦਾ ਵੀ ਜਿਹੜਾ ਇਸੇ ਤਰੀਕੇ ਦੇ ਨਾਲ ਅਗਰ ਉਹ ਬਾਰਡਰ ਦੇ ਉੱਪਰ ਬੈਠਣ ਤਾਂ ਇਹ ਇੱਕ ਵੱਡਾ ਪ੍ਰੈਸ਼ਰ ਸਰਕਾਰ ਦੇ ਉੱਪਰ ਹੋ ਸਕਦਾ? ਦੇਖੋ ਪ੍ਰੈਸ਼ਰ ਬਿਲਕੁਲ ਹੈਗਾ, ਪ੍ਰੈਸ਼ਰ ਹੈਗਾ, ਜਨਤਾ 'ਚ ਗੱਲ ਜਾਂਦੀ ਹੈ। ਲੜਨਾ, ਜਿੱਤਣਾ, ਹਾਰਨਾ ਇਹ ਵੱਖਰੀ ਗੱਲ ਹੈ, ਪਰ ਟੈਸਟ ਕਰਨ ਵਾਲੇ ਕਦੇ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਯਕੀਨਨ ਜਿੱਤ ਕੇ ਆਓਗੇ। ਅਖਾੜੇ ਦੇ ਵਿੱਚ ਮੱਲ ਜਿੱਤਣ ਦੀ ਖਾਹਿਸ਼ ਨਾਲ ਉਤਰਦਾ, ਉਹ ਜਿੱਤ ਕੇ ਆਉਂਦਾ ਜਾਂ ਹਾਰ ਕੇ ਆਉਂਦਾ ਇਹ ਵੱਖਰੀ ਗੱਲ ਹੈ। ਅਤੇ ਇਹ ਆ, ਜਿੱਤਣਾ ਉਹ ਹਾਰਨਾ ਨਹੀਂ ਹੁੰਦਾ। ਜੇ ਬੰਦਾ ਫਾੜੇ ਅਖਾੜੇ ਦੇ ਵਿੱਚ ਢਹਿ ਵੀ ਜਾਵੇ, ਦੂਜੇ ਪਹਿਲਵਾਨ ਨੂੰ ਕਹੇ ਮਿੱਤਰਾ ਕੋਈ ਨਹੀਂ ਅਗਲੀ ਵਾਰੀ ਦੇਖਾਂਗੇ, ਇਹ ਫਿਰ ਇਹਨੂੰ ਹਾਰ ਕਬੂਲ ਨਹੀਂ ਕੀਤੀ। ਇਹਦਾ ਮਤਲਬ ਅਸੀਂ ਇਹ ਲੜ ਰਹੇ ਹਾਂ, ਸੰਘਰਸ਼ ਕਰ ਰਹੇ ਹਾਂ, ਸਰਕਾਰ ਮੰਨਦੀ ਹੈ ਕਿ ਨਹੀਂ ਮੰਨਦੀ? ਫਿਰ ਨਹੀਂ ਮੰਨਦੀ ਫਿਰ ਲੜਾਂਗੇ। ਤਾਂ ਹੁਣ ਫਿਰ ਉਗਰਾਹਾਂ ਜਥੇਬੰਦੀ ਦੀ ਅਗਲੀ ਰਣਨੀਤੀ ਕੀ ਆ? ਜੇ ਰੇਲਾਂ ਰੋਕੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਤੁਹਾਡੇ ਵੱਲੋਂ ਜਿਹੜਾ ਹੈਗਾ ਪ੍ਰਦਰਸ਼ਨ ਕੀਤਾ ਜਾਊਗਾ? ਫਿਲਹਾਲ 14 ਨੂੰ ਦਿੱਲੀ ਜਾਵਾਂਗੇ, ਜੇ ਸਰਕਾਰ ਰੋਕਦੀ ਹੈ ਫਿਰ ਦੇਖਾਂਗੇ, ਫਿਰ ਤੁਹਾਨੂੰ ਪਤਾ ਲੱਗ ਜਾਣਾ ਵੀ ਕੀ ਕਰ। ਦਿੱਲੀ ਕਿਹੜੇ ਤਰੀਕੇ ਨਾਲ ਜਾਣ ਦੀ ਤਿਆਰੀ ਆ? ਪੱਕੇ ਤਰੀਕੇ ਨਾਲ ਜਾਣ ਦੀ ਤਿਆਰੀ ਆ, ਟਰੈਕਟਰ ਟਰਾਲੀਆਂ ਲੈ ਕੇ ਜਾਂ ਹੋਰ ਕੋਈ ਜਿਹੜਾ ਹੈਗਾ ਕੁਝ ਛੋਟਾ ਪ੍ਰਦਰਸ਼ਨ? ਇੱਕ ਦਿਨ ਦੀ ਰੈਲੀ ਹੈ, ਰਾਮਲੀਲਾ ਗਰਾਊਂਡ 'ਚ ਰੈਲੀ ਹੈ, ਹੋਣ ਦਿੰਦੀ ਹੈ ਤਾਂ ਇੱਕ ਦਿਨ 'ਚ ਦੀ ਨਿਬੜ ਜਾਊਗੀ, ਨਹੀਂ ਹੋਣ ਦਿੰਦੀ ਤਾਂ ਇਹ ਸਮਾਂ ਦੱਸੂਗਾ ਫਿਰ। ਪਰ ਕਿਸਾਨ ਜਾਣਗੇ ਕਿਵੇਂ? ਜਿਵੇਂ ਪਹਿਲਾਂ ਉਹਨਾਂ ਨੇ ਕਿਹਾ ਵੀ ਟਰੈਕਟਰ ਟਰਾਲੀਆਂ ਨਾ ਲੈ ਕੇ ਆਉਣ, ਤੁਹਾਡੇ ਵੱਲੋਂ ਕਿਹੜੇ ਤਰੀਕੇ ਨਾਲ ਪਹੁੰਚ? ਇੱਕ ਦਿੱਲੀ ਰੈਲੀ ਹੈ, ਇਹਦੇ 'ਚ ਜਾਣਗੀਆਂ ਬੱਸਾਂ ਹੀ ਜਾਣਗੀਆਂ, ਜਾਂ ਕਿਸਾਨ ਦੂਜਿਆਂ ਦੇ ਅਤੇ ਬੰਦਿਆਂ ਰੇਲਾਂ ਜਾਣਗੀਆਂ, ਸਾਡੀਆਂ 200 ਬੱਸਾਂ ਜਾਣ ਦੀ ਸਕੀਮ ਹੈਗੀ ਹੈ। ਜੇ ਪੱਕਾ ਮੋਰਚਾ ਹੁੰਦਾ ਫਿਰ ਟਰੈਕਟਰ ਟਰਾਲੀਆਂ ਹੀ ਜਾਂਦੀਆਂ। ਤਾਂ ਹੁਣ ਅਗਲੀ ਰਣਨੀਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਇਹ ਹੈ ਕਿ 14 ਤਰੀਕ ਨੂੰ ਜਿਹੜਾ ਹੈਗਾ ਦਿੱਲੀ ਜਾ ਕੇ ਇੱਕ ਜਿਹੜਾ ਵੱਡਾ ਪ੍ਰਦਰਸ਼ਨ ਆ ਕੇਂਦਰ ਸਰਕਾਰ ਦੇ ਖਿਲਾਫ਼ ਕੀਤਾ ਜਾਊਗਾ। ਅਤੇ ਸਾਫ਼ ਤੌਰ 'ਤੇ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਇਹ ਗੱਲ ਕਹੀ ਹੈ ਕਿ ਜੋ ਸਰਕਾਰ ਦੇ ਵੱਲੋਂ 5 ਸਾਲ ਦੀ MSP ਦਾ ਜਿਹੜਾ ਪਲਾਨ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਕਿਸਾਨਾਂ ਨੂੰ ਬਿਲਕੁਲ ਨਾ ਮਨਜ਼ੂਰ ਆ। ਅਗਰ ਸਰਕਾਰ ਕਿਸਾਨਾਂ ਨੂੰ ਦੇਣਾ ਚਾਹੁੰਦੀ ਆ ਤਾਂ ਪੱਕਾ ਜਿਹੜਾ ਹੈਗਾ MSP ਕਾਨੂੰਨੀ ਜਿਹੜਾ ਹੈਗਾ ਉਹ ਦਿੱਤਾ ਜਾਵੇ। ਚਰਨਜੀਤ ਕੌਸ਼ਲ, ਸੰਗਰੂਰ ਤੋਂ, ਨਿਊਜ਼ 18 ਪੰਜਾਬ।